ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਇਲਾਕੇ ਦਾ ਬਹੁਤ ਹੀ ਵਧੀਆ ਸਕੂਲ ਹੈ। ਇਸ ਸਕੂਲ ਵਿੱਚ 1156 ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਹਨ, ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰਯੋਗ ਰਾਹੀਂ ਪੜ੍ਹਾਇਆ ਜਾਂਦਾ ਹੈ। ਜਿਵੇਂ ਇਸ ਸਕੂਲ ਵਿੱਚ ਆਰਟਸ ਅਤੇ ਸਾਇੰਸ ਗਰੁੱਪ ਚੱਲ ਰਹੇ ਹਨ, ਫਿਜਿਕਸ ਕੈਮਿਸਟਰੀ ਬਾਇਓ ਦੇ ਪ੍ਰੈਕਟੀਕਲ ਦੁਆਰਾ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਸ ਸਕੂਲ ਵਿੱਚ ਇੱਕ ਗਣਿਤਕ ਪਾਰਕ ਬਣਿਆ ਹੋਇਆ ਹੈ, ਜਿਸ ਦੁਆਰਾ ਵਿਦਿਆਰਥੀਆਂ ਨੂੰ ਵੱਖ ਵੱਖ ਫਾਰਮੂਲਾਸ ਬਾਰੇ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਇੰਸ ਲੈਬ 10th ਤੱਕ ਹੈ, ਬਿਊਟੀ ਵੈਲਨੈਸ, ਹੈਲਥ ਕੇਅਰ ਅਤੇ ਫਾਈਨ ਆਰਟਸ ਲੈਬ ਵੀ ਹੈ। ਇਸ ਸਕੂਲ ਵਿੱਚ ਬਹੁਤ ਹੀ ਵਧੀਆ ਅਤੇ ਤਜਰਬੇਕਾਰ ਅਧਿਆਪਕ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਇਸ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ। ਮੈਨੂੰ ਆਪਣੇ ਅਧਿਆਪਕਾਂ 'ਤੇ ਮਾਣ ਹੈ। ਮੇਰੇ ਅਧਿਆਪਕ ਬਹੁਤ ਮਿਹਨਤ ਕਰਾਉਂਦੇ ਹਨ ਅਤੇ ਬੱਚਿਆਂ ਨੂੰ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਵੀ ਦਿੰਦੇ ਹਨ। ਜਿਵੇਂ ਇਸ ਸਕੂਲ ਵਿੱਚ ਜਿਹੜੇ ਅਧਿਆਪਕਾਂ ਦੇ 100% ਨਤੀਜੇ ਆਉਂਦੇ ਹਨ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਸਕੂਲ ਵਿੱਚ ਕੰਪਿਊਟਰ ਲੈਬ ਹੈ, ਜਿਸ ਵਿੱਚ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਡਿਜੀਟਲ ਇੰਡੀਆ ਅਨੁਸਾਰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁੱਧ ਅਤੇ ਸਾਫ਼ ਸੁਥਰਾ ਖਾਣਾ ਬੱਚਿਆਂ ਨੂੰ ਖਵਾਇਆ ਜਾਂਦਾ ਹੈ। ਇਸ ਸਕੂਲ ਦੇ ਵਿੱਚ ਅੰਗਰੇਜ਼ੀ ਮਾਧਿਅਮ ਦੁਆਰਾ ਪੜ੍ਹਾਇਆ ਜਾਂਦਾ ਹੈ। ਇਸ ਸਕੂਲ ਵਿੱਚ ਗਣਿਤ ਲੈਬ, ਸਾਇੰਸ ਲੈਬ, ਹੈਲਥ ਕੇਅਰ ਲੈਬ, ਬਿਊਟੀ ਵੈਲਨੈਸ ਲੈਬ, ਫਾਈਨ ਆਰਟਸ ਲੈਬ, ਇਹਨਾਂ ਦੁਆਰਾ ਬੱਚਿਆਂ ਨੂੰ ਪ੍ਰੈਕਟੀਕਲ ਕਰਵਾ ਕੇ ਪੜ੍ਹਾਇਆ ਜਾਂਦਾ ਹੈ। ਇਸ ਸਕੂਲ ਦਾ ਵਾਤਾਵਰਨ ਬਹੁਤ ਹੀ ਹਰਾ ਭਰਾ ਅਤੇ ਵਿਦਿਆਰਥੀਆਂ ਦੇ ਅਨੁਕੂਲ ਹੈ। ਇੱਥੇ ਵੱਖ ਵੱਖ ਵਿਸ਼ਿਆਂ ਨੂੰ ਪ੍ਰਯੋਗੀ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਅਤੇ ਇਸ ਸਕੂਲ ਦਾ ਨਤੀਜਾ ਹਰ ਸਾਲ ਵਧੀਆ ਆਉਂਦਾ ਹੈ। ਇਸ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿੱਚ ਸਟੇਟ ਪੱਧਰ ਤੱਕ ਨਾਮਣਾ ਖੱਟ ਚੁੱਕੇ ਹਨ। ਇਸ ਸਕੂਲ ਦੀ ਗੱਤਕਾ ਟੀਮ ਸਟੇਟ ਪੱਧਰ 'ਤੇ ਦੂਜਾ ਸਥਾਨ ਹਾਸਲ ਕਰ ਚੁੱਕੀ ਹੈ। ਇਸੇ ਤਰ੍ਹਾਂ ਹੀ ਵਿੱਦਿਅਕ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਸਟੇਟ ਪੱਧਰ 'ਤੇ ਦੂਜਾ ਸਥਾਨ ਪ੍ਰਾਪਤ ਕਰਕੇ ਆਏ ਹਨ। ਮੇਰਾ ਸਟਾਫ ਵੀ ਸਮੇਂ-ਸਮੇਂ 'ਤੇ ਵਿਦਿਆਰਥੀਆਂ ਦੀ ਮਦਦ ਕਰਦਾ ਹੈ। ਹਰਪ੍ਰੀਤ ਕੌਰ, ਲੈਕਚਰਰ ਕੈਮਿਸਟਰੀ ਫਰੋਮ ਗਵਰਨਮੈਂਟ ਗਰਲਜ਼ ਸਕੂਲ ਰਾਜਪੁਰਾ ਟਾਊਨ। ਮੇਰਾ ਸਬਜੈਕਟ ਕੈਮਿਸਟਰੀ ਹੈ। ਬੱਚੇ ਬਹੁਤ ਅੱਛੀ ਤਰ੍ਹਾਂ ਨਾਲ ਕੈਮਿਸਟਰੀ ਨੂੰ ਸਮਝਦੇ ਹਨ, ਕਿਉਂਕਿ ਸਾਡੀ ਡੇਲੀ ਲਾਈਫ ਨਾਲ ਬਹੁਤ ਕੁਛ ਇਹਦੇ ਨਾਲ ਰਿਲੇਟਡ ਹੈਗਾ। ਬੱਚੇ ਇਸ ਨੂੰ ਬੜੇ ਹੀ ਇੰਟਰਸਟਿੰਗ ਵੇ ਨਾਲ ਕਰਦੇ ਹੈ, ਕਿਉਂਕਿ ਬੱਚਿਆਂ ਨੂੰ ਇਗਜ਼ਾਮਪਲ ਦੇ ਨਾਲ, ਜੋ ਕਿ ਆਪਣੀ ਲਾਈਫ ਦੀ ਇਗਜ਼ਾਮਪਲਸ ਨੇ, ਉਹਦੇ ਨਾਲ ਕੋ ਰਿਲੇਟ ਕਰਕੇ ਇਹਨਾਂ ਨੂੰ ਸਮਝਾਇਆ ਜਾਂਦਾ ਹੈ। ਆਪਣੀ ਤਰ੍ਹਾਂ ਨਹੀਂ ਲੈਕਚਰਰ ਬਾਇਲੋਜੀ ਸਰਵਿੰਗ ਇਨ ਦਾ ਗੌਰਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ। ਮਾਈ ਸਟੂਡੈਂਟਸ ਲਵ ਟੂ ਹੈਵ ਬਾਇਲੋਜੀ ਐਜ਼ ਅ ਸਬਜੈਕਟ ਬਿਕੋਜ਼ ਦੇ ਵਾਂਟ ਟੂ ਬਿਕਮ efficient doctors as well as to serve their country by opting allied branches in the biology. Our staff is also quite hard working. Good morning, sir. I am Ranjit Singh, sarkari kanya senior secondary school Rajpura town. Aaj assi is school di physics lab de vich khade ha te sade kol lagbhag 10 pindan de bacche ne jehde itthe padhan layi aunde ne te bachyan nu e-content de rahi bahut hi vadhiya tarike naal padhaya janda hai, har ik practical karwaya janda hai. Tinne labs sade kol available ne, physics, chemistry, bio diyan. ਅਤੇ ਬੱਚਾ ਜਿਸ ਵੀ ਭਾਸ਼ਾ ਵਿੱਚ ਸਮਝਣਾ ਚਾਹੁੰਦਾ ਉਸ ਭਾਸ਼ਾ ਵਿੱਚ ਸਮਝਾਇਆ ਜਾਂਦਾ ਹੈ, ਚਾਹੇ ਪੰਜਾਬੀ ਹੈ, ਹਿੰਦੀ ਹੈ, ਇੰਗਲਿਸ਼ ਆ, ਅਤੇ ਜਦੋਂ ਤੱਕ ਉਹ ਸਮਝਣਾ ਚਾਹੇ ਉਦੋਂ ਤੱਕ ਸਮਝਾਇਆ ਜਾਂਦਾ ਜਦੋਂ ਤੱਕ ਬੱਚੇ ਦੀ ਪੂਰੀ ਤਸੱਲੀ ਨਾ ਹੋ ਜਾਵੇ। ਗੁੱਡ ਆਫਟਰਨੂਨ ਐਵਰੀਵਨ, ਮਾਈ ਨੇਮ ਇਜ਼ ਸੋਨੀਆ ਵਲੇਚਾ। ਆਈ ਐਮ ਵਰਕਿੰਗ ਐਜ਼ ਇੰਗਲਿਸ਼ ਮਿਸਟ੍ਰੈਸ ਇਨ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ। ਰਾਈਟ ਨਾਓ ਆਈ ਐਮ ਇਨ ਅ ਸਮਾਰਟ ਲੈਬ ਵੇਅਰ ਵੀ ਆਰ ਟ੍ਰਾਇੰਗ ਟੂ ਸ਼ੋਅ ਟੂ ਦੀ ਸਟੂਡੈਂਟਸ ਅ ਸਟੋਰੀ ਫਰੋਮ ਦੀ ਕੋਰਸ ਆਫ ਕਲਾਸ 10, ਦੈਟ ਇਜ਼ ਹੈਪੀ ਪ੍ਰਿੰਸ। I really encourage the efforts that are being done by the government by providing us so many facilities in the classrooms so that we are able to teach the students in a better way. This will also facilitate better learning in the students. I would also like to thank our principal ma'am, Mrs. Jasbir Kaur, who is always very encouraging and supportive in every manner. I'm really thankful in whatever is being done by the government as well as whatever the leadership is doing to promote better teaching learning in our schools. Thank you so much. ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਦੇ ਗਣਿਤ ਵਿਸ਼ੇ ਦੇ ਅਧਿਆਪਕ ਹਾਂ। ਅਸੀਂ ਆਪਣੇ ਸਕੂਲ ਵਿੱਚ ਗਣਿਤ ਵਿਸ਼ੇ ਨਾਲ ਸੰਬੰਧਿਤ ਜਿੰਨੀਆਂ ਵੀ ਕਿਰਿਆਵਾਂ ਜਾਂ ਮਾਡਲਸ ਜਿਹੜੇ ਬੱਚਿਆਂ ਨੂੰ ਅਸੀਂ ਸਿਖਾਉਂਦੇ ਹਾਂ ਜਾਂ ਬਣਵਾਉਂਦੇ ਹਾਂ, ਉਹਦੇ ਬਾਰੇ ਵਿੱਚ ਇਸ ਮੈਥ ਲੈਬ ਵਿੱਚ ਉਸਦੇ ਐਕਸਪੈਰੀਮੈਂਟ ਕਰਕੇ ਬੱਚਿਆਂ ਨੂੰ ਦਿਖਾਉਂਦੇ ਹਾਂ।
ਅਤੇ ਬੱਚਿਆਂ ਤੋਂ ਹੀ ਬਹੁਤ ਸਾਰੀਆਂ ਕਿਰਿਆਵਾਂ ਬਣਵਾਈਆਂ ਜਾਂਦੀਆਂ ਨੇ। ਅਸੀਂ ਆਪਣੇ ਸਕੂਲ ਵਿੱਚ ਮੈਥ ਪਾਰਕ ਵੀ ਬਣਾਇਆ ਹੈ ਜਿਸ ਵਿੱਚ ਮੇਰੇ ਸਾਰੇ ਸਾਥੀ ਅਧਿਆਪਕਾਂ ਦਾ ਪੂਰਾ ਯੋਗਦਾਨ ਰਿਹਾ ਹੈ। ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਦੇ ਸਾਇੰਸ ਟੀਚਰਸ ਹਾਂ ਅਤੇ ਅਸੀਂ ਆਪਣੀ ਲੈਬ ਵਿੱਚ ਖੜ੍ਹੇ ਹੋਏ ਹਾਂ ਸਾਇੰਸ ਲੈਬ ਦੇ ਅੰਦਰ। ਲੈਬ ਤੁਸੀਂ ਸਾਰੇ ਦੇਖ ਹੀ ਰਹੇ ਹੋ। ਇਸ ਲੈਬ ਦੇ ਅੰਦਰ ਇਸ ਟਾਈਮ ਅਸੀਂ 10th ਕਲਾਸ ਬਿਠਾਈ ਹੋਈ ਹੈ ਜਿਨ੍ਹਾਂ ਦੇ ਪ੍ਰੈਕਟੀਕਲਸ ਵਗੈਰਾ ਅਸੀਂ ਕਰਵਾ ਰਹੇ ਹੁੰਦੇ ਹਾਂ ਅਤੇ ਇਸ ਲੈਬ ਦੇ ਅੰਦਰ ਸਾਨੂੰ ਜਿਹੜਾ ਹੈ ਗਵਰਨਮੈਂਟ ਵੱਲੋਂ ਆਲਮੋਸਟ ਸਾਰੀਆਂ ਫੈਸਿਲਿਟੀਜ਼ ਮਿਲੀਆਂ ਹੋਈਆਂ ਹਨ। ਵਧੀਆ ਇਕੁਇਪਮੈਂਟਸ ਹਨ, ਬੱਚਿਆਂ ਦੇ ਬੈਠਣ ਲਈ ਬੈਂਚਿਸ ਹਨ, ਸਾਰੇ ਕੈਮੀਕਲਸ ਵਗੈਰਾ ਸਭ ਕੁਝ ਸਾਨੂੰ ਜਿਹੜਾ ਹੈ ਇੱਥੇ ਪ੍ਰੋਵਾਈਡ ਕੀਤਾ ਜਾਂਦਾ ਹੈ। ਔਰ ਸਾਡੇ ਪ੍ਰਿੰਸੀਪਲ ਮੈਮ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਇਨਕੁਇਜ਼ਿਟਿਵਨੈਸ, ਸਾਇੰਟੀਫਿਕ ਐਟੀਚਿਊਡ ਨੂੰ ਜਿਹੜਾ ਹੈ ਡਿਵੈਲਪ ਕਰ ਸਕੀਏ। ਔਰ ਉਸਦੇ ਲਈ ਬੱਚਿਆਂ ਦਾ ਬੱਚੇ ਵੀ ਸਿੱਖਣ ਲਈ ਆਉਂਦੇ ਹਨ ਔਰ ਪ੍ਰਾਈਵੇਟ ਸਕੂਲਸ ਦੇ ਮੁਕਾਬਲੇ ਜਿਹੜਾ ਹੈ ਬੱਚੇ ਇੱਥੇ ਸਿੱਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਕਿਉਂਕਿ ਹਰ ਚੀਜ਼ ਜਿਹੜਾ ਹੈ ਪ੍ਰੈਕਟੀਕਲੀ ਕਰਵਾਈ ਜਾਂਦੀ ਹੈ, ਚਾਹੇ ਫਿਜ਼ਿਕਸ ਦਾ ਕੋਈ ਟੌਪਿਕ ਹੈ, ਕੈਮਿਸਟਰੀ ਹੈ ਜਾਂ ਬਾਇਓ ਦਾ ਹੈ। ਪੜ੍ਹੋ ਪੰਜਾਬ ਦੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਉਸਦੇ ਅਧੀਨ ਅਸੀਂ ਜੋ ਵੀ ਐਕਟੀਵਿਟੀਜ਼ ਕਰਵਾਉਂਦੇ ਹਾਂ ਉਸਦੇ ਕਾਰਨ ਸਾਡੇ ਰਿਜ਼ਲਟਸ ਵੀ ਬਹੁਤ ਵਧੀਆ ਆਉਂਦੇ ਹਨ। ਥੈਂਕ ਯੂ। ਸਾਡੇ ਸਕੂਲ ਦੀ ਗੱਤਕਾ ਟੀਮ ਦੇ ਵਿੱਚ ਸਟੇਟ ਪੱਧਰ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਬੱਚਿਆਂ ਨੇ ਗੋਲਡ ਮੈਡਲ ਹਾਸਲ ਕੀਤੇ ਆ। ਇਸ ਵਾਰ ਜੋ ਡਿਸਟ੍ਰਿਕਟ ਪੱਧਰ ਦੇ ਵਿੱਚ ਗੱਤਕਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੋ ਕਿ ਹਮੇਸ਼ਾ ਹੀ ਪੁਜੀਸ਼ਨਾਂ ਹਾਸਲ ਕਰਕੇ ਆਉਂਦੀਆਂ। ਹੈਂਡਬਾਲ, ਟੇਬਲ ਟੈਨਿਸ, ਬੈਡਮਿੰਟਨ ਅਤੇ ਚੈੱਸ, ਕੈਰਮ ਇਹ ਸਾਰੀਆਂ ਹੀ ਟੀਮਾਂ ਜ਼ਿਲ੍ਹਾ ਪੱਧਰ ਦੇ ਉੱਤੇ ਪੁਜੀਸ਼ਨਾਂ ਹਾਸਲ ਕਰਕੇ ਆਉਂਦੀਆਂ। ਮੈਂ ਹੈਲਥ ਕੇਅਰ ਦੀ ਟ੍ਰੇਨਰ ਹਾਂ। ਸਾਨੂੰ ਹੈਲਥ ਕੇਅਰ ਹੈ ਜਿਹੜੀ ਇਹ ਬਹੁਤ ਅੱਛਾ ਇਹਦਾ ਸਕੋਪ ਹੈ। ਇਸ ਗਵਰਨਮੈਂਟ ਵੱਲੋਂ ਚਲਾਈ ਗਈ ਨਵੀਂ ਟ੍ਰੇਡ ਹੈ। ਸਾਡੇ ਪ੍ਰਿੰਸੀਪਲ ਮੈਮ ਇਹਦੇ ਵਿੱਚ ਬਹੁਤ ਕੋਆਪਰੇਟ ਕਰ ਰਹੇ ਨੇ, ਸਰਕਾਰ ਵੀ ਕੋਆਪਰੇਟ ਕਰ ਰਹੀ, ਔਰ ਬੱਚੇ ਬੜੇ ਖੁਸ਼ ਹੋ ਕੇ ਇਸ ਟ੍ਰੇਡ 'ਚ ਹਿੱਸਾ ਲੈ ਰਹੇ ਨੇ ਤਾਂ ਕਿ ਉਹ ਅੱਗੇ ਉਹਨਾਂ ਦਾ ਫਿਊਚਰ ਹੈ ਜਿਹੜਾ ਬਹੁਤ ਵਧੀਆ ਬਣ ਸਕੇ। ਥੈਂਕ ਯੂ। ਇਹ ਰਸੋਈ ਘਰ ਹੈ ਸਾਡਾ ਮਿਡ ਡੇ ਮੀਲ ਦਾ, ਅਤੇ ਇਹ ਸਾਡੇ ਬੱਚੇ ਜਿਹੜੇ ਇੱਥੇ ਖਾਣਾ ਖਾਂਦੇ ਹੈ, ਇਹ ਸਾਡੇ ਮਿਡ ਡੇ ਮੀਲ ਦੇ ਕੰਮ ਕਰਨ ਵਾਲੇ ਆਂਟੀਆਂ, ਅਤੇ ਇਹਨਾਂ ਨੂੰ ਦੱਸਿਆ ਜਾ ਰਿਹਾ ਵੀ ਜਿਵੇਂ ਇਹਦੇ ਵਿੱਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਕਿਸ ਤਰ੍ਹਾਂ ਪਾਉਣਾ ਹੈ। ਗਿੱਲਾ ਕੂੜਾ ਜਿਸ ਤੋਂ ਭਾਵ ਕਿ ਕੋਈ ਜਿਵੇਂ ਫਲਾਂ ਦੇ ਸਬਜ਼ੀਆਂ ਦੇ ਛਿਲਕ ਹੁੰਦੇ ਆ ਉਹ ਇਹਦੇ ਵਿੱਚ ਪਾਉਣੇ ਆ, ਜਿਹੜੇ ਕਿ ਆਪਣੇ ਫਿਰ ਬਾਅਦ ਦੇ ਵਿੱਚ ਰੂੜੀ ਬਣਾਉਣ ਦੇ ਕੰਮ ਆਉਂਦੇ ਆ, ਅਤੇ ਜਿਹੜਾ ਸੁੱਕਾ ਕੂੜਾ ਉਹ ਵੇਸਟੇਜ ਹੈ, ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਕੋਈ ਲਿਫਾਫੇ ਹੋ ਗਏ, ਕਾਗਜ਼ ਹੋ ਗਏ, ਇਹ ਚੀਜ਼ਾਂ ਆਪਾਂ ਸੁੱਕੇ ਕੂੜੇ ਦੇ ਵਿੱਚ ਪਾਉਣੇ। ਗਵਰਨਮੈਂਟ ਗਰਲਸ ਸਕੂਲ ਵਿੱਚ ਦੀ ਲਾਇਬ੍ਰੇਰੀ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਾਡੇ ਕੋਲ ਬਹੁਤ ਸਾਰੀਆਂ ਬੁੱਕਸ ਨੇ ਜਿਹੜੀਆਂ ਕਿ ਅਸੀਂ ਬੱਚਿਆਂ ਨੂੰ ਉਹਨਾਂ ਨੀਡੀ ਬੱਚਿਆਂ ਨੂੰ ਵੀ ਅਸੀਂ ਅਵੇਲੇਬਲ ਕਰਦੇ ਹਾਂ। ਇਹਦੇ ਨਾਲ ਬੱਚਿਆਂ ਨੂੰ ਸਬਜੈਕਟ ਦੇ ਇਲਾਵਾ ਬੱਚਿਆਂ ਨੂੰ ਐਕਸਟਰਾ ਲਿਟਰੇਚਰ ਪੜ੍ਹਨ ਲਈ ਵੀ ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ। ਲਾਇਬ੍ਰੇਰੀ ਦਾ ਮੋਟਿਵ ਇਹ ਹੁੰਦਾ ਹੈ ਕਿ ਬੱਚਿਆਂ ਦੇ ਵਿੱਚ ਪੜ੍ਹਨ ਦੀ ਰੁਚੀ ਵੱਧ ਤੋਂ ਵੱਧ ਪੈਦਾ ਕੀਤੀ ਜਾਵੇ। ਮੈਂ ਫਾਈਨ ਆਰਟਸ ਦੀ ਲੈਕਚਰਰ ਸੋਨੀਆ ਸਿੰਘ। ਇਹ ਸਾਰਾ ਰੂਮ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫਾਈਨ ਆਰਟਸ ਦਾ ਹੀ ਰੂਮ ਹੈ। ਬੱਚੇ ਜਿਹੜੇ ਨੇ ਉਹ ਪਲੱਸ ਵਨ ਪਲੱਸ ਟੂ ਦੇ ਬੱਚੇ ਫਾਈਨ ਆਰਟਸ ਦਾ ਸਬਜੈਕਟ ਰੱਖਿਆ ਹੋਇਆ ਉਹਨਾਂ ਨੇ। ਜਿੰਨੀਆਂ ਵੀ ਪੇਂਟਿੰਗਸ ਨਜ਼ਰ ਆ ਰਹੀਆਂ ਨੇ ਇਹ ਸਾਰੀਆਂ ਪੇਂਟਿੰਗਸ ਮੇਰੇ ਬੱਚਿਆਂ ਦੁਆਰਾ ਹੀ ਬਣਾਈਆਂ ਗਈਆਂ ਨੇ। ਸਰਕਾਰ ਵੱਲੋਂ ਅਤੇ ਪ੍ਰਿੰਸੀਪਲ ਮੈਮ ਵੱਲੋਂ ਪੂਰਾ ਸਪੋਰਟ ਮਿਲਦਾ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਕੰਪਿਊਟਰ ਸਿੱਖਿਆ ਵਿਭਾਗ ਵਿੱਚ ਬੱਚਿਆਂ ਨੂੰ ਨਾ ਸਿਰਫ ਅੱਜ ਦੇ ਯੁੱਗ ਦੇ ICT ਕੰਪਿਊਟਰ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਜਾਂਦੀ ਹੈ ਬਲਕਿ ਨਵੇਂ ਨਵੇਂ ਸੋਫਟਵੇਅਰ ਸੰਬੰਧੀ ਜੋ ਕਿ ਇਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਹਨ ਉਹਨਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਬੱਚਿਆਂ ਦਾ ਇਹ ਲਾਜ਼ਮੀ ਸਬਜੈਕਟ ਹੈ ਜੋ ਕਿ ਬੱਚਿਆਂ ਨੂੰ ਪੂਰੇ ਪ੍ਰੈਕਟੀਕਲ ਨਾਲ ਕਰਕੇ ਸਮਝਾਇਆ ਜਾਂਦਾ ਹੈ। ਅੱਜ ਇਸ ਕਲਾਸ ਵਿੱਚ ਬੱਚੇ MS ਆਫਿਸ ਦਾ ਐਕਸਲ ਸੋਫਟਵੇਅਰ ਕਰ ਰਹੇ ਹਨ ਜਿੱਥੇ ਇਹਨਾਂ ਨੂੰ ਫਾਰਮੂਲਿਆਂ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਨਵੀਤਾ ਰਾਣੀ, ਗੌਰਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਮੇ NSQF ਸਕੀਮ ਕੇ ਅੰਡਰ ਬਿਊਟੀ ਐਂਡ ਵੈਲਨੈਸ ਮੇ ਵੋਕੇਸ਼ਨਲ ਟ੍ਰੇਨਰ ਐਜ਼ ਏ ਵਰਕ ਕਰ ਰਹੀ ਹੂੰ। ਇਸਮੇ ਗੌਰਮੈਂਟ ਨੇ 2013 ਸੇ ਹੀ ਇਹ ਸਕੀਮ ਸ਼ੁਰੂ ਕਰੀ ਥੀ। ਹਮਾਰੇ ਸਕੂਲ ਮੇ ਦੋ ਲੈਬਸ ਹੈ, ਇਸਮੇ ਹਮ ਬੱਚੋਂ ਕੋ ਬਿਊਟੀ ਸੇ ਰਿਲੇਟਡ ਵਰਕ ਕਰਾਤੇ ਹੈ। ਇਸਮੇ ਹਮਾਰੇ 4 ਲੈਵਲਸ ਹੋਤੇ ਹੈ, 9, 10, +1, +2 ਕਲਾਸ। ਇਸਮੇ ਹਮਾਰੀ ਗਰਲਸ ਕੋ ਯੇ ਬੈਨੀਫਿਟਸ ਹੋ ਜਾਤਾ ਹੈ ਕਿ ਅਗਰ +2 ਕੇ ਬਾਅਦ ਵੋ ਅੱਗੇ ਕੰਟੀਨਿਊ ਸਟੱਡੀ ਨਹੀਂ ਕਰ ਪਾਤੇ ਤੋ ਇਸਮੇ ਐਜ਼ ਏ ਸਟੋਪ ਕਰ ਸਕਤੇ ਹੈ ਵੋ ਇਸਮੇ। ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ ਮਿਊਜ਼ਿਕ ਦੀ ਬਹੁਤ ਵਧੀਆ ਰਿਹਰਸਲ ਚੱਲਦੀ ਹੈ। ਬੱਚੇ ਬਹੁਤ ਮਨ ਲਾ ਕੇ ਸਿੱਖਦੇ ਹਨ, ਹਾਰਮੋਨੀਅਮ ਤੋਂ ਲੈ ਕੇ ਤਬਲਾ, ਸਰੰਗੀ, ਕੰਪਾਸ, ਡਫਲੀ ਇਤਿਆਦਿ ਸਾਰੇ ਸਾਜ਼, ਇਹ ਢੋਲਕ ਸਾਰੇ ਇਹ ਮਨ ਨਾਲ ਸਿੱਖਦੇ ਹਨ। ਹਰ ਸਾਲ ਪ੍ਰਤੀਯੋਗਤਾ ਵਿੱਚ ਭਾਗ ਲੈਂਦੇ ਹਨ, ਹੋਰ ਵੀ ਕਾਫੀ ਮੁਕਾਬਲਿਆਂ ਵਿੱਚ ਅੱਗੇ ਤੋਂ ਅੱਗੇ ਪਹੁੰਚਦੇ ਹਨ, ਰੇਡੀਓ ਸਟੇਸ਼ਨ 'ਤੇ ਵੀ ਗਾ ਕੇ ਆ ਚੁੱਕੇ ਹਨ ਬੱਚੇ।